ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇੱਕ ਐਸਾ ਗਿਆਨ ਤੇ ਪਿਆਰ ਦਾ ਸਮੁੰਦਰ ਹਨ ਜਿਸ ਦੀ ਸੀਮਾ ਦਾ ਕੋਈ ਅੰਤ ਨਹੀਂ ਜਿਸ ਦੀ ਡੂੰਘਾਈ ਦਾ ਕੋਈ ਅੰਤ ਨਹੀਂ ਜਿਸ ਅੰਦਰਲੇ guna ਰੂਪੀ ਖਜ਼ਾਨੇ ਦਾ ਕੋਈ ਅੰਤ ਨਹੀਂ ਪਰ ਇਹਨਾਂ ਖਜ਼ਾਨਿਆਂ ਨੂੰ ਰੱਬੀ ਨਾਮ ਦੀ ਦੌਲਤ ਨੂੰ ਪਾੰਦਾ ਉਹੀ ਹੈ ਜੋ ਇਸ ਸਮੁੰਦਰ ਅੰਦਰ ਮਨ ਦੀ ਤਾਰੀ ਲਾਂਦਾ ਹੈ ਬਿਨਾ ਗੁਰੂ ਦੇ ਗਿਆਨ ਵਿੱਚ ਇਸ਼ਨਾਨ ਕੀਤਿਆਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ ਅਤੇ ਅੱਜ ਅਸੀਂ ਸਭ ਜਨੇ ਮਿਲ ਕੇ ਦੁਨੀਆ ਦੇ ਸਭ ਤੂੰ ਗਹਿਰੇ ਤੇ ਗੁਨਾਹ ਭਰਪੂਰ ਸਹਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਹਿਲੀ ਬਾਣੀ ਜਪਜੀ ਸਾਹਿਬ ਵਿੱਚੋਂ ਕੁਝ ਵਿਚਾਰਾਂ ਕੁਝ ਗੁਣ 11ਵੀਂ ਪੜੀ ਰਹੇ ਹਾਂ ਸਮਝਣ ਦਾ ਯਤਨ ਗੁਰੂ ਸਾਹਿਬ ਦੀ ਕਿਰਪਾ ਨਾਲ ਕਰਾਂਗੇ ਜਿਸ ਦੀ ਸ਼ੁਰੂਆਤ ਅੰਦਰ ਗੁਰੂ ਸਾਹਿਬ ਪਰਮੰਦਰ ਹਨ ਕੇ ਸੋਨੇ ਸਾਰਾ ਗੁਨਾਹ ਕੇਗਾ ਸਰ ਭਾਵ ਸਰੋਵਰ ਜਿਵੇਂ ਅੰਮ੍ਰਿਤਸਰ ਸੰਤੋਖ ਸਰ ਰਾਮ ਸਰ ਸਰ ਤੋਂ ਭਾਵ ਸਰੋਵਰ ਹੈ ਸਰਾ ਭਾਵ ਬਹੁਤ ਸਾਰੇ ਸਰੋਵਰਾਂ ਜਾਂ ਸਮੁੰਦਰ ਗਾਹ ਤੋਂ ਭਾਵ ਗਾਣ ਵਾਲਾ ਜਾਂ ਸੂਝ ਵਾਲਾ ਜੋ ਸਮੁੰਦਰਾਂ ਦੀ ਡੂੰਘਾਈ ਨੂੰ ਸਮਝਣ ਵਾਲਾ ਬਣ ਜਾਏ ਪਰ ਸਮਝਣ ਵਾਲਾ ਹੋਵੇਗਾ ਕਿਵੇਂ ਸੁਣਨ ਨਾਲ ਜੇ ਸੁਨਿਆ ਜਾਏ ਗੁਰੂ ਸਾਹਿਬ ਦੇ ਸ਼ਬਦਾਂ ਅੰਦਰ ਜੋ ਰੱਬੀ ਨਾਮ ਹੈ ਜੋ ਸੁਣੋ ਪੜਿਆ ਜਾਏ ਮਨ ਨੂੰ ਸੁਨਾਇਆ ਜਾਏ ਤਾਂ ਇਹ ਸਮੁੰਦਰਾਂ ਨੂੰ ਵੀ ਗਾ ਲੈਂਦਾ ਹੈ ਭਵ ਅਕਾਲ ਪੁਰਖ ਦੇ ਨਾਮ ਵਿੱਚ ਸੁਰਤੀ ਜੋੜਨ ਨਾਲ ਬਿਆਨ ਤੁਗ੍ਰਾ ਨੂੰ ਮਨ ਸਮਝਣ ਵਾਲਾ ਹੋ ਜਾਂਦਾ ਹੈ ਗੁਰੂ ਪਿਆਰਿਓ ਗੁਰਾਂ ਨੂੰ ਸਮਝ ਲੈਣਾ ਪੜ ਲੈਣਾ ਹੀ ਕਾਫੀ ਨੇ ਜਵੇਂ ਅੱਜ ਸਾਨੂੰ ਹਰ ਇੱਕ ਗੱਲ ਦਾ ਗਿਆਨ ਹੈ ਜੋ ਗੱਲ ਪੁੱਛੋ ਸਾਡੇ ਕੋਲ ਹਰ ਗੱਲ ਦਾ ਜਵਾਬ ਹੈ ਇਤੋਂ ਦਾ ਕਿ ਭਾਵੇਂ ਕੋਈ ਨਸ਼ਈ ਹੈ ਜਾਂ ਚੋਰ ਹੈ ਜਾਂ ਕਿੰਨਾ ਵੀ ਪਾਪੀ ਹੈ ਜੇ ਰੱਬ ਦੀ ਗੱਲ ਉਸ ਕੋਲੋਂ ਵੀ ਪੁੱਛੋ ਤਾਂ ਉਹ ਵੀ ਤੁਹਾਨੂੰ ਬਹੁਤ ਸਾਰਾ ਗਿਆਨ ਦੇ ਦੇਵੇਗਾ ਪਰ ਗਿਆਨ ਹੋਣ ਦੇ ਬਾਵਜੂਦ ਵੀ ਉਹ ਆਪਣਾ ਆਪ ਨੂੰ ਕਦੇ ਸੁਧਾਰ ਨਹੀਂ ਪਾਉਂਦੇ ਕਿਉਂ ਕਿ ਗਿਆਨ ਤਾਂ ਹੈ ਸਰੋਵਰ ਦਾ ਤਾਂ ਪਤਾ ਹੈ ਪਰ ਕਦੇ ਇਸ ਗਿਆਨ ਸਰੋਵਰ ਅੰਦਰ ਆਪ ਤਾਰੀ ਨਹੀਂ ਲਾਈ ਕਦੇ ਉਸ ਨੂੰ ਜੀਵਿਆ ਨਹੀਂ ਪਰ ਜੋ ਗੁਰੂ ਰਾਹੀਂ ਮਿਲ ਗਿਆਨ ਨੂੰ ਜੀ ਲਾਂਦਾ ਹੈ ਜੋ ਉਸ ਵਿੱਚ ਮੰਦਾ ਇਸ਼ਨਾਨ ਕਰਵਾ ਲੈਂਦਾ ਹੈ ਉਸ ਦਾ ਰੋਮ ਰੋਮ ਖਿੜੜਦਾ ਹੈ ਉਸ ਦੀ ਇੱਕ ਇੱਕ ਇੰਦਰੀ ਸੁਧਰ ਜਾਂਦੀ ਹੈ ਤਾਂ ਇਹ ਜੋ ਸਾਰੇ ਗੁਣ ਹਨ ਇਹ ਮਿਲਦੇ ਹਨ ਸੁਨਨਾਲ ਗੁਰੂ ਸਾਹਿਬ ਫਰਮਾਦੇ ਹਨ ਕਿ ਅਕਾਲ ਪੁਰਖ ਦੇ ਨਾਮ ਵਿੱਚ ਸੁਰਤ ਜੋੜਨ ਨਾਲ ਸਧਾਰਨ ਮਨੁੱਖ ਵੀ ਬਿਆਨਤ ਗੁਣਾ ਦੀ ਸੂਝ ਵਾਲੇ ਹੋ ਜਾਂਦੇ ਹਨ ਸਮਝ ਵਾਲੇ ਹੋ ਜਾਂਦੇ ਹਨ ਉਹ ਆਪਣੇ ਅੰਦਰ ਹੀ ਬਹੁਤ ਸਾਰੇ ਗੁਣ ਨਾਮ ਰਾਹੀ ਪ੍ਰਾਪਤ ਕਰ ਲੈਂਦੇ ਹਨ ਇਸ ਤੋਂ ਬਾਅਦ ਗੁਰੂ ਸਾਹਿਬ ਫਰਮਾਦੇ ਹਨ ਕਿ ਸੋਨੇ ਸੇਖ ਪੀਰ ਪਾਤਸਾ ਪਾਵਨਾਮ ਸੁਣਨ ਨਾਲ ਸ਼ੇਖਾਂ ਪੀਰਾਂ ਬਾਦਸ਼ਾਹਾਂ ਜਨਤਾ ਤੇ ਰਾਜ ਅਧਿਕਾਰੀਆਂ ਤੇ ਹੁਕਮ ਚਲਾਉਣ ਵਾਲੀ ਅਧਿਆਤਮਿਕ ਮਾਰਗ ਦੇ ਡੁੰਗਾਈ ਵਾਲੀ ਗਿਆਨ ਪਦਵੀ ਸਹਿਜੇ ਹੀ ਮਨ ਪਾ ਲੈਂਦਾ ਹੈ ਗੁਰੂ ਪਿਆਰੇ ਸ਼ੇਖਾਂ ਦਾ ਨਾਮ ਆਉਂਦੇ ਹੀ ਹਮੇਸ਼ਾ ਅਰਬ ਦੇਸ਼ ਦੇ ਲੋਕਾਂ ਦੀ ਤਸਵੀਰ ਅੱਖਾਂ ਸਾਹਮਣੇ ਆ ਜਾਂਦੀ ਹੈ ਜਿਵੇਂ ਦੁਬਈ ਦੇ ਸ਼ੇਖ ਜਾਂ ਹੋਰ ਦੇਸ਼ਾਂ ਦੇ ਪਰ ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ ਤੁਸੀਂ ਸਾਰੇ ਇੱਕ ਹੋਰ ਸ਼ੇਖ ਨੂੰ ਵੀ ਬੜੀ ਚੰਗੀ ਤਰ੍ਹਾਂ ਜਾਣਦੇ ਹੋ ਜਿਸ ਨੂੰ ਅਸੀਂ ਸਾਰੇ ਬੜੇ ਪਿਆਰ ਨਾਲ ਬਾਬਾ ਸ਼ੇਖ ਫਰੀਦ ਜੀ ਕਹਿੰਦੇ ਹਾਂ ਤਾਂ ਸ਼ੇਖ ਸਿਰਫ ਦੌਲਤ ਨਾਲ ਨਹੀਂ ਧਨ ਨਾਲ ਨਹੀਂ ਬਲਕਿ ਗਿਆਨ ਨਾਲ ਵੀ ਜੋੜਿਆ ਗਿਆ ਹੈ ਸ਼ੇਖ ਦਾਰ ਤਹ ਸਰਦਾਰ ਸਰਦਾਰ ਜੇ ਘਰ ਦਾ ਹੋਏ ਤਾਂ ਘਰ ਦਾ ਮੁਖੀ ਜੇ ਪਿੰਡ ਦਾ ਹੋਏ ਤਾਂ ਸਰਪੰਚ ਜੇ ਧਰਮ ਦਾ ਹੋਏ ਤਾਂ ਜੱਜੇਦਾਰ ਪਰ ਹੈਨ ਸਾਰੇ ਸਰਦਾਰ ਇੰਜ ਹੀ ਸ਼ੇਖ ਜੇ ਘਰ ਵਿੱਚ ਵੱਡਾ ਹੈ ਤਾਂ ਸ਼ੇਖ ਇੰਜ ਹੀ ਜੇ ਕਿਸੇ ਇਲਾਕੇ ਜਾਂ ਧਰਮ ਦੇ ਖੇਤਰ ਵਿੱਚ ਕਿਸੇ ਮੁਕਾਮ ਤੇ ਹੈ ਤਾਂ ਉਸ ਨੂੰ ਵੀ ਸ਼ੇਖ ਕਿਹਾ ਜਾਂਦਾ ਹੈ ਸ਼ੇਖ ਉਹ ਹੈ ਜਿਸ ਕੋਲ ਗਿਆਨ ਹੈ ਅਕਲ ਹੈ ਸਮਝ ਹੈ ਇਸ ਤੋਂ ਇਲਾਵਾ ਪੀਰ ਅਤੇ ਪਾਤਸ਼ਾਹ ਇਤਨੇ ਵੀ ਜਦ ਵੀ ਕਦੇ ਚੁਨੇ ਜਾਂਦੇ ਹਨ ਤਾਂ ਸਮਝ ਕਰਕੇ ਚੁਨੇ ਜਾਂਦੇ ਹਨ ਜੇ ਉਹਨਾਂ ਕੋਲ ਗਿਆਨ ਹੈ ਕਿਸੇ ਖੇਤਰ ਨੂੰ ਚਲਾਉਣ ਦੀ ਮਹਾਰਤ ਰੱਖਦੇ ਹੋਣ ਤਾਂ ਉਹਨਾਂ ਨੂੰ ਇਹ ਅਹੁਦਾ ਦਿੱਤਾ ਜਾਂਦਾ ਹੈ ਤਾਂ ਗੁਰੂ ਸਾਹਿਬ ਫਰਮਾਂਦੇ ਹਨ ਕਿ ਗਿਆਨ ਜੋ ਪਰਿਵਾਰ ਨੂੰ ਚਲਾਉਣ ਲਈ ਧਰਮ ਨੂੰ ਚਲਾਉਣ ਲਈ ਦੇਸ਼ ਨੂੰ ਚਲਾਉਣ ਲਈ ਹੈ ਇਹ ਸ਼ੇਖ ਪੀਰ ਅਤੇ ਬਾਦਸ਼ਾਹ ਭਾਵ ਅਧਿਆਤਮਿਕ ਤੇ ਰਾਜਨੀਤਿਕ ਦਾ ਜੋ ਵੀ ਗਿਆਨ ਹੈ ਇਹ ਨਾਮ ਰਾਹੀਂ ਪ੍ਰਾਪਤ ਹੋ ਜਾਂਦਾ ਹੈ ਗੁਰੂ ਪਿਆਰੋ ਰੱਬੀ ਨਾਮ ਹੁਕਮ ਜਿਸ ਨੂੰ ਸਮਝ ਆ ਜਾਏ ਉਹ ਜਦ ਕਿਸੇ ਵੀ ਪਾਧ ਤੇ ਹੁੰਦਾ ਹੈ ਚਾਹੇ ਉਹ ਧਾਰਮਿਕ ਹੈ ਸਮਾਜਿਕ ਹੈ ਰਾਜਨੀਤਿਕ ਹੈ ਉਸ ਦੇ ਬੈਠ ਕੇ ਸਹੀ ਫੈਸਲੇ ਲੈਣ ਵਾਲਾ ਹੋ ਜਾਂਦਾ ਹੈ ਕਿਉਂਕਿ ਹਰੇਕ ਅਹੁਦੇ ਤੇ ਕੁਝ ਗੱਲਾਂ ਇੱਕੋ ਜਿਹੀਆਂ ਤੇ ਜ਼ਰੂਰੀ ਹੁੰਦੀਆਂ ਹਨ ਜਿਵੇਂ ਸੱਚੇ ਹੋਣਾ ਨਿਆ ਕਰਨ ਵਾਲੇ ਹੋਣਾ ਸਵਨਨ ਨੂੰ ਨਾਂ ਲੈ ਕੇ ਚੱਲਣ ਵਾਲਾ ਲੋਕਾਂ ਦੀ ਭਲਾਈ ਦੇ ਕਾਰਜ ਕਰਨ ਵਾਲਾ ਮੁਸ਼ਕਲਾਂ ਨਾਲ ਜਿੱਟਣ ਵਾਲਾ ਸੇਵਾ ਭਾਵ ਆਦਿ ਜੋ ਕਾਰਜ ਹਨ ਇਹ ਜੋ ਗੁਣ ਹਨ ਇਹ ਨਾਮ ਵਿੱਚ ਹਨ ਇਹ ਜ਼ਰੂਰੀ ਹਨ ਹਰ ਇੱਕ ਅਹੁਦੇ ਲਈ ਹਰ ਇੱਕ ਇਨਸਾਨ ਲਈ ਇਹ ਨਾਮ ਵਿੱਚ ਰੱਬ ਦੇ ਨਾਲ ਜੁੜਿਆ ਹੀ ਇਹ ਸਾਰੇ ਗੁਣ ਮਿਲਦੇ ਹਨ ਅਤੇ ਜੋ ਵੀ ਨਾਮ ਨਾਲ ਜੁੜਿਆ ਹੈ ਜੋ ਕਿਸੇ ਖਾਸ ਅਹੁਦੇ ਤੇ ਹੈ ਤਾਂ ਉਥੇ ਬੈਠ ਕੇ ਲੋਕਾਈ ਦੀ ਬਹੁਤ ਵਧੀਆ ਸੇਵਾ ਕਰ ਸਕਦਾ ਹੈ ਤਾਂ ਗੁਰੂ ਸਾਹਿਬ ਵਰਦਦੇ ਹਨ ਕਿ ਕੋਈ ਵੀ ਮਨ ਸਾਧਾਰਨ ਮਨੁੱਖ ਵੀ ਜੇ ਗੁਰੂ ਦੇ ਸ਼ਬਦ ਨਾਲ ਜੁੜੇ ਰੱਬੀ ਨਾਮ ਨਾਲ ਜੁੜੇ ਤਾਂ ਸ਼ੇਖਾਂ ਪੀਰਾਂ ਤੇ ਬਾਦਸ਼ਾਹਾਂ ਜਿਹੀ ਗਿਆਨ ਦੀ ਪ੍ਰਾਪਤੀ ਕਰ ਲੈਂਦਾ ਹੈ ਉਹ ਬਹੁਤ ਸਾਰੇ ਗੁਰਾਂ ਨੂੰ ਨਾਮ ਰਾਹੀ ਪ੍ਰਾਪਤ ਕਰ ਲੈਂਦਾ ਹੈ ਇਸ ਤੋਂ ਬਾਅਦ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਸੋਨੇ ਅੰਦੇ ਪਾਵਹ ਰਾਹ ਭਾਵੇਂ ਨਾਮ ਸੁਣਨ ਦੀ ਹੀ ਬਰਕਤ ਹੈ ਕਿ ਅੰਨੇ ਗਿਆਨਹੀਨ ਮਨੁੱਖ ਵੀ ਅਕਾਲ ਪੁਰਖ ਨੂੰ ਮਿਲੰਦਾਰਾ ਰਾਹ ਲੱਭ ਲੈਂਦੇ ਹਨ ਗੁਰੂ ਪਿਆਰਿਓ ਅੱਜਕਲ ਅੰਨਿਆ ਦੀ ਪਰਮਾਰ ਹੈ ਇਸ ਵਿੱਚ ਪੜਿਆ ਲਿਖਿਆ ਮਨੁੱਖ ਵੀ ਸ਼ਾਮਲ ਹੈ ਅੰਨਿਓ ਤੋਂ ਭਾਵ ਹੈ ਜਿਸ ਮਨ ਕੋਲ ਸਮਝ ਨਹੀਂ ਬਸ ਜੋ ਜਿਵੇਂ ਕਹਿੰਦਾ ਹੈ ਜਾਂ ਜਿਵੇਂ ਦਸਤਾ ਆਪਣਾ ਮਨ ਸੁਣਦਾ ਦੇਖਦਾ ਹੈ ਉਸ ਦੀ ਨਕਲ ਕਰੀ ਜਾਂਦਾ ਹੈ ਜਾਂ ਕਹਿ ਲੋ ਉਸ ਪਿੱਛੇ ਲੱਗ ਤੁਰੀ ਜਾਂਦਾ ਹੈ ਐਸੇ ਅੰਨੇ ਮਨ ਲਈ ਸਿਕੁਰ ਦੁਪਹਿਰਾ ਵੀ ਹਨੇਰੇ ਵਰਗਾ ਹੈ ਅਤੇ ਰਾਤ ਦਾ ਚਾਨਣ ਵੀ ਹਨੇਰਾ ਹੀ ਹੈ ਕਹਿਣ ਤੋਂ ਭਾਵ ਕਿ ਬਾਹਰ ਭਾਵੇਂ ਕਿੰਨਾ ਵੀ ਗਿਆਨ ਹੈ ਕਿੰਨੀ ਵੀ ਰੋਸ਼ਨੀ ਹੈ ਕਿੰਨਾ ਵੀ ਨਾਮ ਹੈ ਪਰ ਅੰਦਰ ਕਉ ਪਹ ਹਨੇਰਾ ਅਗਿਆਨਤਾ ਦੁਵਿਧਾ ਤੇਰ ਮੇਰ ਹੰਕਾਰ ਹੋਣ ਦਾ ਕਰਕੇ ਇਹ ਹਨੇਰਾ ਹੀ ਉਹਦੇ ਲਈ ਭਾਰੀ ਦੁੱਖ ਬਣ ਜਾਂਦਾ ਮਨ ਨੇ ਆਪਣੇ ਅੰਦਰ ਐਸਾ ਹਨੇਰਾ ਪਾਰ ਕਰਿਆ ਹੈ ਜਿੱਥੇ ਹੱਥ ਨੂੰ ਹੱਥ ਨਹੀਂ ਦਿੱਤਾ ਸੋ ਇਸ ਹਨੇਰੇ ਕਰਕੇ ਹੀ ਭਾਵ ਅਗਿਆਨਤਾ ਕਰਕੇ ਹੀ ਮਨ ਪਟਕਦਾ ਹੈ ਮਨ ਰੱਬ ਤੋਂ ਦੂਰ ਹੁੰਦਾ ਹੈ ਪਰ ਜਦ ਕੋਈ ਮਨ ਗੁਰੂ ਦੇ ਸ਼ਬਦ ਰਹੀਂ ਅਕਾਲ ਪੁਰਖ ਦੇ ਨਾਮ ਨੂੰ ਉਸਦੇ ਗੁਰਾਂ ਨੂੰ ਮਨ ਅੰਦਰ ਲੈ ਜਾਂਦਾ ਹੈ ਰੱਬ ਦੀ ਮਿਹਰ ਚਤ ਹੋ ਜਾਂਦੀ ਹੈ ਤਾਂ ਇਹ ਨਾਮ ਹੀ ਮਨ ਅੰਦਰ ਰੋਸ਼ਨੀ ਕਰਦਾ ਹੈ ਜਦ ਮਨ ਅੰਦਰ ਗੁਰੂ ਰਾਹੀਂ ਰੱਬੀ ਗਿਆਨ ਜਾਂਦਾ ਹੈ ਤਾਂ ਮਨ ਦੇ ਵਿੜੇ ਵਿੱਚ ਚਾਨਣ ਹੁੰਦਾ ਹੈ ਮਨ ਕੋਲ ਜਦ ਗਿਆਨ ਦੀਆਂ ਅੱਖਾਂ ਆਉਂਦੀਆਂ ਹਨ ਭਾਵ ਅੱਖਾਂ ਖੁੱਲ੍ਹਦੀਆਂ ਹਨ ਤਾਂ ਇਸ ਨੂੰ ਪਤਾ ਲੱਗਣਾ ਸ਼ੁਰੂ ਹੁੰਦਾ ਹੈ ਕਿ ਮੈਂ ਕੀ ਕੀ ਗਲਤ ਕਰਦਾ ਜਾ ਰਿਹਾ ਸੀ ਮੇਰਾ ਜੀਵਨ ਕਿੰਨਾ ਮੈਲਾ ਸੀ ਕਿੰਨਾ ਹਨੇਰ ਭਰਿਆ ਸੀ ਗੁਰੂ ਦਾ ਗਿਆਨ ਸੁਰਮਾ ਜੇ ਗੁਰੂ ਦੇ ਗਿਆਨ ਦੀ ਐਨਕ ਜਦ ਮਨ ਨੂੰ ਲੱਗਦੀ ਹੈ ਫਿਰ ਇਹ ਆਪਣੇ ਆਪ ਨੂੰ ਅਤੇ ਇਸ ਸੰਸਾਰ ਨੂੰ ਇੱਕ ਨਵੇਂ ਰੂਪ ਵਿੱਚ ਦੇਖਦਾ ਹੈ ਭਾਵ ਜਿਵੇਂ ਦਾ ਇਹ ਹੈ ਉਹ ਵੇਖਣ ਵਾਲਾ ਹੋ ਜਾਂਦਾ ਹੈ ਪਹਿਲਾਂ ਇਹ ਚਾ ਦੇਖਦਾ ਸੀ ਤਾਂ ਲੋਭ ਨਾਲ ਕਾਮ ਨਾਲ ਮੋਹ ਨਾਲ ਦੇਖਦਾ ਸੀ ਪਰ ਹੁਣ ਜਿਹੋ ਜਿਹਾ ਹੈ ਉਹੋ ਜਿਹਾ ਹੀ ਦੇਖਦਾ ਹੈ ਅਤੇ ਇਹ ਗਿਆਨ ਰੂਪੀ ਅੱਖਾਂ ਹੈ ਮਨ ਨੂੰ ਰੱਬ ਵਾਲੇ ਪਾਸੇ ਲੈ ਕੇ ਜਾਂਦੀਆਂ ਹਨ ਗੁਰੂ ਸਾਹਿਬ ਫਰਮਾਦੇ ਹਨ ਕਿ ਇਹ ਨਾਮ ਸੁਣਨ ਦੀ ਹੀ ਬਰਕਤ ਹੈ ਕਿ ਅੰਨੇ ਭਾਵ ਗਿਆਨ ਹੀਰ ਮਨੁੱਖ ਵੀ ਅਕਾਲ ਪੁਰਖ ਨੂੰ ਮਿਲਣ ਦਾ ਰਾਹ ਲੱਭ ਲੈਂਦੇ ਆ ਇਸ ਤੋਂ ਬਾਅਦ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਸੋਨੇ ਹਾਥ ਹੋਵੇ ਅਸਗਾ ਅਸਗਾ ਭਾਵ ਡੂੰਗਾ ਹੱਥ ਦਾ ਭਾਵ ਹੈ ਹੱਥ ਹਾਥ ਹੋਵੇ ਭਾਵ ਡੂੰਗਾ ਇਹਦਾ ਪਤਾ ਲੱਗ ਜਾਣਾ ਜਾਂ ਅਸਲੀਅਤ ਦੀ ਸਮਝ ਆ ਜਾਣੀ ਤਾਂ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਅਕਾਲ ਪੁਰਖ ਦੇ ਨਾਮ ਵਿੱਚ ਜੁੜਨ ਦਾ ਸਤਿਗੈ ਇਸ ਡੂੰਗੇ ਸੰਸਾਰ ਸਮੁੰਦਰ ਦੀ ਅਸਲੀਅਤ ਸਮਝ ਆ ਜਾਂਦੀ ਹੈ ਗੁਰੂ ਪਿਆਰੋ ਸਮੁੰਦਰ ਦੀ ਡੂੰਘਾਈ ਦਾ ਅੰਦਾਜ਼ਾ ਲਾ ਪਾਣਾ ਅੱਜ ਥੋੜਾ ਬਹੁਤ ਸੋਖਾ ਹੈ ਪਰ ਅਜੇ ਵੀ ਉਸ ਦੇ ਤਲ ਤੱਕ ਆਪ ਜਾਣਾ ਇਹ ਬਹੁਤ ਔਖਾ ਹੈ ਉੱਥੇ ਕੀ ਕੁਝ ਹੈ ਅਜੇ ਵੀ ਇਨਸਾਨ ਜਾਣ ਨਹੀਂ ਸਕਿਆ ਕਿਹੜੇ ਜੀਵਨ ਕੋਈ ਪਤਾ ਨਹੀਂ ਗੁਰੂ ਪਿਆਰੋ ਸਾਡੀ ਜ਼ਿੰਦਗੀ ਵੀ ਕਿਸੇ ਸਮੁੰਦਰ ਤੋਂ ਘੱਟ ਨਹੀਂ ਅਸੀਂ ਜੋ ਬਾਹਰੋਂ ਦਿਖਦੇ ਹਾਂ ਉਹ ਸਿਰਫ ਦਿਖਾਈ ਦੇਣ ਵਾਲਾ ਛੋਟਾ ਜਿਹਾ ਸਮੁੰਦਰ ਦਾ ਇੱਕ ਹਿੱਸਾ ਹੈ ਪਰ ਹਕੀਕਤ ਸਮੁੰਦਰ ਦੇ ਹੇਠਾਂ ਹੁੰਦੀ ਹੈ ਇੰਜ ਹੀ ਸਾਡੇ ਸਰੀਰ ਦੇ ਅੰਦਰ ਜੋ ਮਨ ਹੈ ਸਾਡੀ ਹਕੀਕਤ ਉਹ ਹੈ ਜੇ ਉਹ ਮਾੜੇ ਵਿਚਾਰਾਂ ਨਾਲ ਜੁੜਿਆ ਹੈ ਤਾਂ ਉਹ ਕਦੇ ਵੀ ਆਪਣੀ ਜ਼ਿੰਦਗੀ ਨੂੰ ਪਾਰ ਨਹੀਂ ਲੱਭਾਂਦਾ ਅਤੇ ਜੇ ਉਹ ਰੱਬੀ ਵਿਚਾਰਾਂ ਨਾਲ ਨਾਮ ਨਾਲ ਜੁੜਿਆ ਹੈ ਤਾਂ ਉਹ ਜ਼ਿੰਦਗੀ ਦੀ ਹਰ ਅਸਲੀਅਤ ਨੂੰ ਲੱਭ ਪਾਂਦਾ ਹੈ ਜਿਵੇਂ ਸਮੁੰਦਰ ਅੰਦਰ ਕਿਹੜੇ ਕਿਹੜੇ ਖਜ਼ਾਨੇ ਹਨ ਇਹ ਉਹੀ ਲੱਭ ਪਾਂਦਾ ਜੋ ਇਸ ਦੀ ਭਾਲ ਕਰਦਾ ਹੈ ਇੰਜ ਹੀ ਸਾਡੇ ਤਨ ਰੂਪੀ ਸਮੁੰਦਰ ਅੰਦਰ ਕਿਹੜੇ ਕਿਹੜੇ ਖਜ਼ਾਨੇ ਪਏ ਹਨ ਜੇ ਇਹ ਜਾਣਨਾ ਹੈ ਤੇ ਸਾਨੂੰ ਵੀ ਆਪਣੇ ਅੰਦਰ ਜਾਣਾ ਪਏਗਾ ਅਤੇ ਇਹ ਗੁਰੂ ਸਾਹਿਬ ਦੀ ਕਿਰਪਾ ਨਾਲ ਸੰਭਵ ਹੁੰਦਾ ਹੈ ਜਦ ਮਨ ਗੁਰੂ ਦੀ ਬਾਣੀ ਨੂੰ ਪੜਦਾ ਸਮਝਦਾ ਹੈ ਤਾਂ ਮਨੁੱਖ ਨੂੰ ਆਪਣੇ ਆਪ ਦੀ ਸਮਝ ਆਉਂਦੀ ਹੈ ਜ਼ਿੰਦਗੀ ਦੀ ਇੱਕ ਇੱਕ ਅਸਲੀਅਤ ਨੂੰ ਜਾਣ ਪਾਂਦਾ ਹੈ ਜਦ ਤੱਕ ਨਾਮ ਨਾਲ ਨਹੀਂ ਜੁੜਦੇ ਸਾਨੂੰ ਜ਼ਿੰਦਗੀ ਉਹੀ ਲੱਗਦੀ ਹੈ ਜੋ ਸਾਨੂੰ ਹੋਰ ਲੋਕ ਦਿਖਾਉਂਦੇ ਹਨ ਕਿ ਤੂੰ ਇਸ ਤਰ੍ਹਾਂ ਕਰਲਾ ਤੂੰ ਐਦਾਂ ਕਮਾਲਾ ਤੂੰ ਐਦਾਂ ਕਰਲਾ ਉਹ ਬਣ ਜਾ ਪਰ ਜਦ ਆਪਣੇ ਅੰਦਰ ਦੀ ਗਹਿਰਾਈ 'ਚ ਜਾਓ ਤਾਂ ਪਤਾ ਲੱਗਦਾ ਹੈ ਕਿ ਜ਼ਿੰਦਗੀ ਤਾਂ ਪਿਆਰ ਦਿਆ ਸਬਰ ਸੰਤੋਖ ਨਿਰਵੈਰਤਾ ਹਲੇਮੀ ਸੱਚ ਧਰਮਾ ਦੀ ਗੁਣਾ ਉੱਤੇ ਖੜੀ ਹੈ ਜੇ ਸਾਡੇ ਕੋਲ ਰੱਬੀ ਗੁਣੇ ਨਹੀਂ ਹਨ ਤਾਂ ਅਸੀਂ ਜ਼ਿੰਦਗੀ ਦਾ ਅਸਲ ਆਨੰਦ ਨਹੀਂ ਲੈ ਪਾਵਾਂਗੇ ਜੀਵਨ ਹੋਰਾਂ ਦੇ ਆਸਰੇ ਨਹੀਂ ਰੱਬੀ ਗੁਣਾਂ ਦੇ ਆਸਰੇ ਖੜਾ ਹੈ ਜਦ ਇਹ ਥੰਮ ਨਾ ਹੋਵਣ ਤਾਂ ਜ਼ਿੰਦਗੀ ਵੀ ਢੈ ਢੇਰੀ ਹੋ ਜਾਂਦੀ ਹੈ ਤਾਂ ਗੁਰੂ ਸਾਹਿਬ ਇਸ ਪੰਕਤੀ ਰਾਹੀਂ ਫਰਮਾਦੇ ਹਨ ਕਿ ਅਕਾਲ ਪੁਰਖ ਦੇ ਨਾਮ ਵਿੱਚ ਸੁਰਤ ਜੋੜਨ ਦਾ ਸਤਕਾਰ ਡੂੰਗੇ ਸੰਸਾਰ ਸਮੁੰਦਰ ਦੀ ਅਸਲਤ ਸਮਝ ਆ ਜਾਂਦੀ ਹੈ ਭਾਬਾ ਆਪਣੇ ਆਪ ਦੀ ਸਮਝ ਪੈਂਦੀ ਹੈ ਇਸ ਜੀਵਨ ਦੀ ਸਮਝ ਪੈਂਦੀ ਹੈ ਸਾਡੇ ਹੋਣ ਦੀ ਸਮਝ ਪੈਂਦੀ ਹੈ ਉਸ ਮਾਲਕ ਦੀ ਸਮਝ ਪੈਂਦੀ ਹੈ ਅਤੇ ਜੋ ਆਪਣੇ ਆਪ ਨੂੰ ਆਪਣੇ ਮਨੋਰਥ ਨੂੰ ਲੱਭ ਲੈਂਦਾ ਹੈ ਉਸ ਲਈ ਫਿਰ ਹਰ ਪਲ ਹੀ ਆਨੰਦ ਹੈ ਖੇੜਾ ਹੈ ਜਮ ਕੇ ਗੁਰੂ ਸਾਹਿਬਰ ਮਾਦੇ ਹਨ ਕਿ ਨਾਨਕ ਭਗਤਾ ਸਦਾ ਵਿਕਾਸ ਭਾਵ ਹੈ ਨਾਨਕ ਅਕਾਲ ਪੁਰਖ ਦੇ ਨਾਮ ਵਿੱਚ ਸੁਰਤ ਜੋੜਨ ਵਾਲੇ ਪਗਦ ਜਨਾ ਦੇ ਹਿਰਦੇ ਵਿੱਚ ਸਦਾ ਖੜਾਓ ਬਣਿਆ ਰਹਦਾ ਹੈ ਗੁਰੂ ਪਿਆਰੇ ਜੋ ਮਨ ਗੁਰੂ ਸਾਹਿਬ ਦੇ ਬਾਣੀ ਨਾਲ ਗੁਣਾਂ ਦੇ ਸਰੋਵਰ ਨੂੰ ਲੱਭ ਲੇ ਜੋਵਨ ਧਾਰਮਿਕ ਤੇ ਹਰ ਤਰ੍ਹਾਂ ਦੇ ਗਿਆਨ ਨੂੰ ਸਮਝ ਲੇ ਜੋ ਮਨ ਆਪਣੇ ਮਨ ਦੇ ਅੰਨੇਪਣ ਨੂੰ ਰੱਬੀ ਨਾਮ ਨਾਲ ਦੂਰ ਕਰ ਲੇ ਅਤੇ ਜੋ ਮਨ ਆਪਣੇ ਆਪ ਦੀ ਅਸਲੀਅਤ ਨੂੰ ਸਮਝ ਜਾਏ ਉਹ ਮਨ ਫਿਰ ਸਦਾ ਵਿਗਾਸ ਅੰਦਰ ਰਹਿੰਦਾ ਹੈ ਸਦਾ ਖੇੜੇ ਅੰਦਰ ਰਹਿੰਦਾ ਹੈ ਤਾਂ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਹੈ ਨਾਨਕ ਅਕਾਲ ਪੁਰਖ ਦੇ ਨਾਮ ਵਿੱਚ ਸੁਰਤ ਜੋੜਨ ਵਾਲੇ ਭਗਤ ਜਨਾਂ ਦੇ ਹਿਰਦੇ ਵਿੱਚ ਸਦਾ ਖਿੜਾਉ ਬਣਿਆ ਰਹਿੰਦਾ ਹੈ ਤਾਂ ਆਓ ਗੁਰੂ ਪਿਆਰਿਉ ਅਸੀਂ ਵੀ ਸੱਚੇ ਭਗਤ ਬਣੀਏ ਸੱਚੀ ਬਾਣੀ ਨਾਲ ਜੁੜੀਏ ਸੱਚੇ ਨਾਮ ਨੂੰ ਸੁਣੀਏ ਤੇ ਆਪਣੇ ਮਨ ਅੰਦਰਲੇ ਦੁੱਖਾਂ ਨੂੰ ਪਾਪਾਂ ਨੂੰ ਦੂਰ ਕਰੀਏ ਜਿਵੇਂ ਕਿ ਗੁਰੂ ਸਾਹਿਬ ਆਖਰੀ ਪੰਕਤੀ ਅੰਦਰ ਫਰਮਾਉਂਦੇ ਹਨ ਕਿ ਸੋਨੇ ਦੁਖ ਪਾਪ ਕਾ ਨਾਸ ਪਾਪ ਅਕਾਲਪੁਰਖ ਦਾ ਨਾਮ ਸੁਣਨ ਨਾਲ ਮਨੁੱਖ ਦੇ ਦੁੱਖਾਂ ਦੇ ਪਾਪਾਂ ਦਾ ਨਾਸ਼ ਹੋ ਜਾਂਦਾ ਹੈ। ਗੁਰੂ ਪਿਆਰੂ ਮਨ ਦਾ ਦੁੱਖ ਸੀ ਔਗਣ ਭਾਵ ਉਹ ਵਿਕਾਰਾਂ ਨਾਲ ਭਰਿਆ ਸਰੋਵਰ ਜਿਸ ਵਿੱਚ ਸਵਾਏ ਔਗਣਾਂ ਦੇ ਸਵਾਏ ਵਿਕਾਰਾਂ ਦੇ ਕੁਝ ਨਹੀਂ। ਪਰ ਜਦ ਨਾਮ ਸੁਨਿਆ ਮਨ ਅੰਦਰੋਂ ਇਹ ਭੈੜਾ ਸਰੋਵਰ ਦੂਰ ਹੋਇਆ ਇਸ ਅੰਦਰ ਵੀ ਚੰਗੇ-ਚੰਗੇ ਗੁਣ ਉੱਗਣ ਲੱਗੇ ਫਿਰ ਤਾਂ ਸਾਫ਼ ਪਾਣੀ ਦੇ ਪਾਪ ਪਾਪ ਗੁਰਬਾਣੀ ਦੇ ਪ੍ਰਵਾਹ ਵਹਿਣ ਲੱਗੇ ਅਤੇ ਇਹ ਦੁੱਖ ਦੂਰ ਹੋਇਆ ਇੰਜ ਹੀ ਹੋਰ ਦੁੱਖ ਤੇ ਪਾਪ ਜਿਵੇਂ ਹੁੰਦੇ ਜ਼ੁਲਮ ਨੂੰ ਵੇਖ ਕੇ ਚੁੱਪ ਹੋ ਜਾਣਾ ਜਾਂ ਆਪਣੇ ਆਪ ਦੇ ਅੰਨੇ ਪੰਨ੍ਹ ਨਾਲ ਜ਼ਿੰਦਗੀ ਨੂੰ ਡੂੰਘੇ ਖੂਹ ਵਿੱਚ ਸੁੱਟ ਲੈਣਾ ਜਾਂ ਆਪਣੀ ਇਹ ਜ਼ਿੰਦਗੀ ਦੀ ਅਸਲੀਅਤ ਨੂੰ ਨਾ ਸਮਝ ਪਾਣਾ ਇਹ ਮਨ ਦੇ ਦੁੱਖ ਸੰਨ ਪਾਪ ਸੰਨ ਜਿਸ ਨੂੰ ਗੁਰੂ ਸਾਹਿਬ ਦੇ ਸ਼ਬਦ ਰਾਹੀਂ ਭਾਵਨਾਬ ਰਾਹੀਂ ਦੂਰ ਕੀਤਾ ਮਨ ਜਦ ਰੱਬੀ ਨਾਮ ਨੂੰ ਗੁਣ ਹੁਕਮ ਨੂੰ ਸਮਝਦਾ ਹੈ ਤੇ ਹਰ ਤਰ੍ਹਾਂ ਦਾ ਗਿਆਨ ਅਤੇ ਨਾਲ ਹੀ ਆਪਣੇ ਹੋਣ ਦਾ ਅਨੁਭਵ ਇਸ ਕੁਦਰਤ ਦਾ ਜੋ ਨਿਯਮ ਹੈ ਹੁਕਮ ਹੈ ਉਸ ਨੂੰ ਵੀ ਮਨ ਬੜੀ ਹੀ ਸੋਹਣੀ ਤਰ੍ਹਾਂ ਨਾਲ ਸਮਝਪਾਂਦਾ ਹੈ ਅਤੇ ਜਦ ਮਨ ਸਭ ਕੁਝ ਸਮਝਦਾ ਹੈ ਗਿਆਨ ਨੂੰ ਜੀਂਦਾ ਹੈ ਤਾਂ ਉਸ ਦੀ ਜ਼ਿੰਦਗੀ ਸੋਹਣੀ ਪੰਜ ਜਾਂਦੀ ਹੈ ਫਿਰ ਮਨ ਸਦਾ ਕਿਹੜੇ ਅੰਦਰ ਸਦਾ ਵਿਕਾਸ ਅੰਦਰ ਰਹਿੰਦਾ ਹੈ ਸਦਾ ਬਾਣੀ ਅੰਦਰ ਰਹਿੰਦਾ ਹੈ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਆਕਾਲ ਪੁਰਖ ਦਾ ਨਾਮ ਸੁਣਨ ਨਾਲ ਮਨੁੱਖ ਦੇ ਦੁੱਖਾਂ ਤੇ ਪਾਪਾਂ ਦਾ ਨਾਸ਼ ਹੋ ਜਾਂਦਾ ਹੈ ਮਨ ਅੰਦਰੋਂ ਵਿਕਾਰਾਂ ਦਾ ਨਾਸ਼ ਹੋ ਜਾਂਦਾ ਹੈ ਮਾੜੀ ਸੋਚ ਮਾੜੇ ਫੁਰਨੇ ਮਾਇਆ ਦਾ ਮੋਹ ਅਧਰੂ ਦੂਰ ਹੋ ਜਾਂਦਾ ਹੈ ਤੇ ਇਸ ਦੇ ਜਾਂਦਿਆ ਹੀ ਮਨ ਆਨੰਦ ਨਾਲ ਪਰ ਜਾਂਦਾ ਹੈ ਵਿਗਾਸ ਨਾਲ ਪਰ ਜਾਂਦਾ ਹੈ ਤਾਂ ਗੁਰੂ ਪਿਆਰੂ ਇਸ 11ਵੀਂ ਪੌੜੀ ਜਿਸ ਵਿੱਚ ਗੁਰੂ ਸਾਹਿਬ ਨੇ ਬੜੇ ਹੀ ਪਿਆਰੇ ਗੁਣ ਮਨ ਨੂੰ ਦਿੱਤੇ ਅਤੇ ਸਮਝਾਇਆ ਕਿ ਜੇ ਵਿਕਾਰਾਂ ਦੇ ਨਾਲ ਰਹਾ ਦਾ ਜ਼ਿੰਦਗੀ ਦਾ ਸਰੋਵਰ ਸੁੱਕ ਜਾਏਗਾ ਇਸ ਅੰਦਰਲਾ ਪਾਣੀ ਗੰਦਲਾ ਹੋ ਜਾਏਗਾ ਫਿਰ ਇੱਥੇ ਸਿਵਾਏ ਦੁੱਖ ਦੇ ਕੁਝ ਨਾ ਹੋਏਗਾ ਜਿਸ ਕਾਰਨ ਮਨ ਪਿਆਸਾ ਮਰੇਗਾ ਇਸ ਲਈ ਹੈ ਮਨਾ ਮਨ ਦੇ ਸੋਕੇ ਨੂੰ ਮਨ ਦੀ ਗੰਦਗੀ ਨੂੰ ਰਬੀ ਨਾਮ ਨਾਲ ਤੋਲ ਹੈ ਉਸ ਨੂੰ ਉਸ ਦੇ ਨਾਮ ਦਾ ਗੁਨਾ ਦਾ ਜਲ ਦੇ ਤਾਂ ਜੋ ਤੇਰਾ ਅੰਦਰ ਫਿਰ ਤੋਂ ਹਾਰਿਆ ਭਰਿਆ ਹੋ ਸਕੇ ਅਤੇ ਉੱਥੇ ਚੰਗੇ ਚੰਗੇ ਗੁਣ ਖਿਆਲ ਹੋ ਸਕਣ ਮਨ ਦੇ ਸਰੋਵਰ ਅੰਦਰ ਫਿਰ ਤੋਂ ਚੰਗਿਆਈ ਦੀ ਮਹਿਕ ਆ ਸਕੇ ਅਤੇ ਮਨ ਸਦਾ ਆਨੰਦ ਅੰਦਰ ਵਿਕਾਸ ਅੰਦਰ रह ਸਕੇ ਸੋ ਆਓ ਅਸੀਂ ਸਾਰੇ ਗੁਰੂ ਸਾਹਿਬ ਦੇ ਬਾਣੀ ਨੂੰ ਪੜ੍ਹੀਏ ਸੁਣੀਏ ਸਮਝੀਏ ਅਤੇ ਮਾਨ ਅੰਦਰ ਵਸਾ ਕੇ ਜਨਮ ਨੂੰ ਸਫਲਾ ਕਰੀਏ ਧੰਨਵਾਦ ਤਾਂ ਅੰਤ ਵਿੱਚ ਇਸ ਪੂਰੀ ਵਿਚਾਰ ਲਈ ਇਸ ਪਿਆਰੀ ਬਾਣੀ ਲਈ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਾਨ ਕੋਟ ਧੰਨਵਾਦ ਅਤੇ ਆਪ ਸਭ ਸੰਗਤ ਦਾ ਵੀ ਇਸ ਵਿਚਾਰ ਨੂੰ ਸੁਣਨ ਲਈ ਧੰਨਵਾਦ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ